स्वागत है किसान वीरों तुहाडा यूट्यूब चैनल सिरक डेयरी फार्मिंग दे विच। किसान वीरों अज जिहड़ी वीडियो बना रहे हैं ये पिंड कोठे अनोक सिंह वाले नेड़े लालियाणा कोटकपुरे के नेड़े रह जाते हैं। पहला भी वीडियो दो तीन दिन पहले ही बनाई सी। इस घर के चार क गाइया सीगियां बाई को चारे दोस्तों उस दिन सेल हो गई सी। अज की वीडियो के तीन गाइया थोनों दिखाऊंगा डिटेल इन बारे बई तो पुछांगे। वीडियो एंड तक जरूर देखो। आओ बई ने गलबात करते हैं दोस्तों। पहला एक नंबर वाली गां बारे पुछदे हैं बई। सत्या नाम दसी भी जशनप्रीत सिंह ठीक है। पिछलियां गाइया फिर हो गई सेल उस बहुत वधिया रेट ना सेल हुई ठीक है। सो जिहड़ी इधर पहले नंबर ते वीर गां खड़ी है कनवा सूआ पहले सूए सूई है वैड़ी दंदो किवें दंदो नहीं आपा चेक कीती ठीक है। बच्चा की दित्ता बच्ची है ਕਿੰਨੇ ਦਿਨ ਹੋਏ ਸੂਈ ਨੂੰ ਇਹ ਕੱਲ ਸਵੇਰ 9 ਵਜੇ ਸੂਈ ਹੈ ਕੱਲ ਸਵੇਰ ਸੂਈ ਹੈ ਬੌਲਾ ਕਿੰਨਾ ਖਾਊਗਾ 12 ਲੀਟਰ ਬੌਲੀ ਹੈ 12 ਲੀਟਰ ਇਸ ਟਾਈਮ ਹੈਗੀ ਹੈ 15 16 ਦੇ ਦੂਗੀ 16 17 ਕੱਢੂ ਪੂਰਾ ਕੱਢੂ ਵੀ ਆਰਾਮ ਨਾਲ ਠੀਕ ਹੈ। ਅੱਛਾ ਇਹਦਾ ਰੇਟ ਕੀ ਰੱਖਿਆ ਰੇਟ 42000 ਰੁਪਏ 42000 ਖੋਲੀ ਨੂੰ ਦੋਸਤੋ ਪਹਿਲਾ ਸੂਆ ਕੱਲ ਸਵੇਰ ਸੂਈ ਹੈ ਤੇ 12 ਲੀਟਰ ਬੌਲੀ ਹੈਗੀ ਹੈ 12 ਕਿਲੋ ਚੋ ਕੇ ਤੁਸੀਂ ਦੇਖ ਸਕਦੇ ਹੋ ਇਹ ਕੱਲ ਦੀ ਸੂਈ 12 ਕਿਲੋ ਦੇ ਰਹੀ ਹੈ ਤਾਂ ਉਮੀਦ ਹੈਗੀ ਹੈ ਵੀ 16 17 ਕਿਲੋ ਦੁੱਧ ਇਹਨੂੰ ਦੇਣਾ ਚਾਹੀਦਾ। थान हवाने की सोहनी है बा मोडला वीर थोड़ी जी क्रॉस ब्रीड है पर गां दोस्तों ये चंगी रहूगी जिहड़े वीर ने घरे इदां दी गां दा दुद्ध पीना इहदे च थोड़ा बहुत देसीपन भी आ जाना ते नाल ये एच एफ दी भी मैक्स है तो उहदे करके ठंडी सील भी रहूगी। सो 42000 डिमांड है कल ही सूई है हजे जिहड़े वीर नूं पसंद आवे चो के देख सकदे हो। इहदों अग्गे इक गब्बण गां बाई कोल ਇਹ ਕਿੰਨਾ ਸੂਆ ਸੁਣੀ ਹੈ ਬਾਈ ਇਹ ਬਾਈ ਮਾਲਕਾਂ ਨੇ ਤਾਂ ਦੂਜੇ ਸੂਆ ਕਿਹਾ ਹੀ ਸੁਣਦਾ ਦੂਜਾ ਸੂਆ ਕਿਹਾ ਹਾਂਜੀ ਤੈਨੂੰ ਕਿੰਨਾ ਸੂਆ ਸੂਗੇ ਤੀਜਾ ਹਾਂਜੀ ਠੀਕ ਹੈ ਕਿੰਨਾ ਚਿਰ ਰਹਿੰਦਾ ਇਹਦਾ ਇਹ 10 ਦਿਨ ਪਏ ਆ ਬਾਕੀ 10 ਦਿਨ ਪਏ ਆ ਠੀਕ ਹੈ ਇਹਦਾ ਰੇਟ ਕੀ ਰੱਖਿਆ ਇਹਦਾ ਰੇਟ ਵੀ 42000 ਰੁਪਏ ਠੀਕ ਹੈ ਖੋਲੀਆਂ ਨੂੰ ਦੋਸਤੋ 42 ਇਹਦੀ ਡਿਮਾਂਡ ਆ 10 ਦਿਨ ਹਜੇ ਪਏ ਆ ਸੂਆ ਇਹ ਬਾਈ ਦੇ ਦੱਸਣ ਮੁਤਾਬਕ ਇਹਨੂੰ ਦੂਜਾ ਦੱਸਿਆ ਪਰ ਇਹਨੂੰ ਤੀਜਾ ਲੱਗਦੀ ਹੈ ਬਾਕੀ ਤੁਸੀਂ ਵੀ ਦੋਸਤੋ ਦੇਖ ਲੈਣੀ ਹੈ ਗਾਂ ਹਵਾਨਾ ਇਹ ਵੀ ਵੱਡਾ ਬਣਾਉਗੀ 10 ਦਿਨ ਹਜੇ ਪਏ ਆ ਬਾ ਕਮਾਲ ਆ ਬਾਈ ਲਿੱਸੀ ਆ ਥੋੜ੍ਹੀ ਜਿਹੀ ਘੱਟ ਸੰਭਾਲ ਵਾਲੇ ਘਰੋਂ ਆਈ ਲੱਗਦੀ ਹੈ ਬਾਕੀ ਜੋ ਚੀਜ਼ ਆ ਉਹ ਤੁਹਾਡੇ ਸਾਹਮਣੇ ਆ ਥਣਾਂ ਦੀ ਸੋਹਣੀ ਆ ਗਾਂ ਹਵਾਨਾ ਸੋਹਣਾ ਬਣਾ ਜੂਗੀ ਹਜੇ 10 ਦਿਨਾਂ ਨੂੰ ਦੋਸਤੋ 42000 ਡਿਮਾਂਡ ਹੈ ਬਾਕੀ ਇੱਕ ਜ਼ਰੂਰ ਥੋੜ੍ਹਾ ਜਿਹਾ ਧਿਆਨ 'ਚ ਲਿਆ ਦਿੰਦਾ ਵੀ ਪਸ਼ੂਆਂ ਦੇ ਜਿਹੜੇ ਰੇਟ ਹੈ ਉਹ ਥੋੜ੍ਹੇ ਜਿਹੇ ਵਧਣੇ ਸ਼ੁਰੂ ਹੋ ਗਏ ਆ ਰੁੱਤ ਬਦਲਣ ਨਾਲ ਕਿਉਂਕਿ ਹੁਣ ਸੂਆ ਜਿਹੜਾ ਪਸ਼ੂਆਂ ਦਾ ਘੱਟਦਾ ਜਾਣਾ ਗਾਂ ਗਰਮੀ ਆਉਂਦੀ ਜਾਣੀ ਹੈ ਅਤੇ ਰੇਟ ਹੁਣ ਥੋੜ੍ਹੇ ਜਿਹੇ ਵਧਣੇ ਸ਼ੁਰੂ ਹੋ ਜਾਣੇ ਆ ਗਾਈਆਂ ਦੇ ਮੱਝਾਂ ਦੇ ਇੱਕ ਇਧਰ ਤੋਕੜ ਗਾਂ ਬਾਈ ਕੋਲ ਇਹਨੂੰ ਕਿੰਨਾ ਕੁ ਚਿਰ ਹੋ ਗਿਆ ਬਾਈ ਸੂਈ ਨੂੰ ਇਹਨੂੰ ਬਾਈ 4-5 ਮਹੀਨੇ ਹੋ ਗਏ ਠੀਕ ਹੈ ਦੁੱਧ ਕਿੰਨਾ ਇਸ ਟਾਈਮ ਦੁੱਧ 8 ਲੀਟਰ ਹੀ 8 ਲੀਟਰ ਦੋਵਾਂ ਟਾਈਮਾਂ ਦਾ ਹਾਂਜੀ ਦੋਵਾਂ ਟਾਈਮਾਂ ਤੇ ਬਣੀ ਹੈ ਜਾਂ ਨਹੀਂ ਖਾਲੀ ਹੈ ਬਣੀ ਬਾਈ ਮੈਂ ਤਾਂ ਖਾਲੀ ਕਹਿ ਕੇ ਦੇ ਦੇਊਂਗਾ ਅਗਲੇ 1.5 ਮਹੀਨਾ ਕਿਹਾ ਬਣੀ ਨੂੰ ਠੀਕ ਹੈ ਤੇ ਪਰ ਆਪਾਂ ਖਾਲੀ ਕਹਿ ਕੇ ਦੇ ਹਾਂਜੀ ਠੀਕ ਹੈ ਤੇ ਥਣੋਂ ਕਿਵੇਂ ਇਹ ਥਣ ਇੱਕ ਇਹਦੀ ਬਹਿਣੀ ਵਾਲੇ ਪਾਸੇ ਮੂਹਰਲਾ ਥਣ ਅੱਧਾ ਹੀ ਠੀਕ ਹੈ ਬਾਕੀ ਤਿੰਨ ਸਹੀ ਹੈ ਬਰਾਬਰ ਬਾਕੀ ਤਿੰਨ ਸਹੀ ਹੈ ਧਾਰ ਧੂਰ ਬਹੁਤ ਮੋਟੀ ਹੈ ਠੀਕ ਹੈ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ 13000 ਰੁਪਏ 13000 ਠੀਕ ਹੈ ਖੋਲ ਲਈ ਇਹ ਥੋੜੀ ਭਾਈਦੀ ਹੈ ਉੱਪਰ ਭਾਈਦੀ ਹਾਂਜੀ ਚੱਲ ਪ੍ਰਾ ਕਰਦੀ ਹੈ ਥੋੜਾ ਓਕੇ ਦੋਸਤੋ 13000 ਡਿਮਾਂਡ 8 ਕਿਲੋ ਦੁੱਧ ਹੈਗਾ ਦੋਵਾਂ ਟਾਈਮਾਂ ਦਾ ਬਹਿਣੀ ਵਾਲੇ ਪਾਸਿਓਂ ਮੂਰਲਾ ਥਣ ਛੋਟਾ ਵੀ ਦਿਖਾਉਂਦੀ ਹੈ ਤੇ ਥਣ 'ਚ ਦੁੱਧ ਵੀ ਅੱਧਾ ਹੈ ਇਹ ਗੱਲ ਪਹਿਲਾਂ ਹੀ ਤੁਹਾਨੂੰ ਦੱਸ ਦਿੰਨੇ ਆ ਰੰਗ ਰੂਪ ਤੁਹਾਡੇ ਸਾਹਮਣੇ ਆ 13000 ਡਿਮਾਂਡ ਹੈ ਮੌਕੇ ਤੇ ਕੁਆਸੇ ਦੇ ਚੋਂ ਘਟ ਜਾਊਗਾ 8 ਕਿਲੋ ਦੁੱਧ ਹੈਗਾ ਜੇ ਕਿਸੇ ਵੀਰ ਨੇ ਦੁੱਧ ਪੀਣ ਵਾਸਤੇ ਲੈਣੀ ਹੈ ਤਾਂ ਦੋਸਤੋ ਇਹ ਦਰਮਿਆਨੇ ਜੇ ਰੇਟ ਦੇ ਵਿੱਚ ਤੁਹਾਨੂੰ 8 ਕਿਲੋ ਦੁੱਧ ਤੁਹਾਨੂੰ ਘਰ ਦਾ ਜਿਹੜਾ ਤੁਹਾਡਾ ਸਾਰੀ ਜਾਊਗੀ ਇੱਧਰ ਦੋ ਗਾਈਆਂ ਜਿਹੜੀਆਂ ਦੋਸਤੋ ਇੱਕ ਇਹ ਵੈੜ ਜਿਹੜੀ ਤਾਜ਼ੀ ਸੂਈ ਵੀ ਹੈ ਤੇ ਇੱਕ ਹਜੇ ਗੱਬਣਾ ਗਾਂ ਸੋ ਇਹਨਾਂ 'ਚੋਂ ਕੋਈ ਵੀ ਤੁਹਾਡੇ ਪਸ਼ੂ ਪਸੰਦ ਆਉਂਦਾ ਬਾਈ ਨੂੰ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਇਹਨਾਂ ਦਾ ਸਕਰੀਨ ਉੱਤੇ ਲੱਗਾ ਇਸ ਨੰਬਰ ਉੱਤੇ ਕਿਤੋਂ ਵੀ ਪਸ਼ੂ ਖਰੀਦਣਾ ਆ ਕੇ ਦੇਖਿਆ ਕਰੋ ਆਪਦੀ ਤਸੱਲੀ ਕਰ ਲਿਆ ਕਰੋ ਤਸੱਲੀ ਕਰਕੇ ਜਿਹੜਾ ਕੋਈ ਵੀ ਪਸ਼ੂ ਖਰੀਦਿਆ ਕਰੋ। ਧੰਨਵਾਦ ਦੋਸਤੋ।